ਝੋਨੇ ਦੀ ਖਰੀਦ ਸਰਕਾਰੀ ਤੌਰ ਤੇ 1 ਅਕਤੂਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਨੋਟੀਫਿਕੇਸ਼ਨ ਝੋਨੇ ਦੀ ਖਰੀਦ ਪੁਰਾਣੇ ਮਾਪਦੰਡਾਂ ਨਾਲ ਹੀ ਕੀਤੀ ਜਾਵੇਗੀ, ਪਰ ਕਿਸਾਨਾਂ ਨੂੰ ਪੈਸੇ ਨਵੀਆਂ ਹਦਾਇਤਾਂ ਨਾਲ ਦਿੱਤੇ ਜਾਣਗੇ। ਕਿਸਾਨਾਂ ਦਾ ਕਹਿਣਾ ਹੈ ਕਿ ਨਾ ਤਾਂ ਮੰਡੀ ਵਿੱਚ ਬੈਠਣ ਨੂੰ ਜਗ੍ਹਾ ਹੈ ਅਤੇ ਨਾ ਹੀ ਪੀਣ ਨੂੰ ਪਾਣੀ ਅਤੇ ਨਾ ਹੀ ਸਾਫ਼ ਸੁਥਰੇ ਬਾਥਰੂਮ ਹਨ। ਉਧਰ ਮਾਰਕੀਟ ਕਮੇਟੀ ਦੇ ਸਕੱਤਰ ਨੇ ਕਿਹਾ ਕਿ ਉਹਨਾਂ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਰਹੀ ਹੈ। ਇਸ ਨੂੰ ਦੇਖਦੇ ਹੋਏ ਕਿਸਾਨਾਂ ਦੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਅਤੇ ਹੋਰ ਵੀ ਪ੍ਰਬੰਧਾਂ ਦਾ ਖਾਸ ਧਿਆਨ ਰੱਖਿਆ ਗਿਆ ਹੈ। ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ। ਨਰਮਲ ਸਿੰਘ ਜਲਾਲਪੁਰ ਸੇਰੋਂ ਪਿੰਡ। ਜ਼ਿਲ੍ਹਾ ਕਿਹੜਾ? ਅੰਮ੍ਰਿਤਸਰ। ਕਿੰਨੇ ਨੂੰ ਝੋਨਾ ਤੁਹਾਡਾ ਵਿਕ ਰਿਹਾ? 1500। ਇਹ ਠੀਕ ਭਾਅ ਮਿਲ ਰਿਹਾ? ਨਹੀਂ, ਭਾਅ ਬਹੁਤ ਘੱਟ ਮਿਲ ਰਿਹਾ। ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰੀ ਖਰੀਦ ਆਉਣੀ ਚਾਹੀਦੀ ਆ, ਸਰਕਾਰੀ ਸਾਡਾ ਝੋਨਾ ਪੈਣਾ ਚਾਹੀਦਾ। ਅੰਮ੍ਰਿਤਸਰ ਵੀ ਵਿਕਦਾ ਵਾ, ਪਰ ਉੱਥੇ ਵੀ ਡਾਊਨ ਆ, ਉੱਥੇ ਵੀ 1400-1500 ਰੁਪਏ, 1400-1300 ਰੁਪਏ ਵਿਕਣ ਦੇ। ਠੀਕ ਨਿਕਲ ਰਿਹਾ ਹਰਕਾ। ਮੇਰਾ ਨਾਂ ਆ ਜੀ, ਅੰਮ੍ਰਿਤਸਰ ਜ਼ਿਲ੍ਹੇ ਤੋਂ ਆਏ ਹਾਂ। ਇੱਥੇ ਕਪੂਰਥਲਾ ਮੰਡੀ 'ਚ ਲੈ ਕੇ ਆਏ ਹਾਂ ਜੀ ਝੋਨਾ। ਇੱਥੇ ਵੀ ਜਿਹੜਾ ਪਹਿਲਾਂ ਰੇਟ ਮਿਲਦਾ ਸੀ, ਆ ਮੋਦੀ ਦੇ ਜਿਹੜੇ ਆ 3 ਕਾਨੂੰਨ ਆ ਆਏ ਆ, ਇਹਨਾਂ ਤੋਂ ਪਹਿਲਾਂ ਜਿਹੜਾ ਰੇਟ ਮਿਲਦਾ ਸੀ ਉਹ ਸਾਨੂੰ ਇਸ ਵਾਰ ਨਹੀਂ ਮਿਲ ਰਿਹਾ। ਅਤੇ ਮਤਲਬ ਇਹਨਾਂ ਨੇ ਕੋਈ ਨਾ ਕੋਈ ਨਵਾਂ ਹੀ ਆਪਣਾ ਜਿਹੜਾ ਵਾ ਗਾਹਕ ਨਹੀਂ ਮੰਡੀ ਦੇ ਵਿੱਚ ਆ ਰਿਹਾ। ਅਤੇ ਪਿਛਲੇ ਸਾਲ ਜਿਹੜਾ ਝੋਨਾ 1800 ਨੂੰ ਵਿਕਦਾ ਸੀ, ਉਹੀ ਝੋਨਾ ਐਰ ਕੇ 1200-1300 ਨੂੰ ਲੈ ਰਿਹਾ। ਮੰਦੇ ਹਾਲ ਆ ਜੀ ਉੱਥੇ ਜੀ, ਇਹ ਸਾਰੇ ਰਲੇ ਹੋਏ ਆ ਜੀ ਸੈਲਰਾਂ ਸੂਲਰਾਂ ਵਾਲੇ। ਉੱਥੇ ਵੀ ਉੱਥੇ 1200 ਨੂੰ 1250-1300 ਤੱਕ ਵਿਕ ਰਿਹਾ ਜੀ ਝੋਨਾ। ਅਤੇ 57-57-60 ਨੂੰ ਪੈਲੀ ਠੇਕੇ 'ਤੇ ਆ ਜੀ। 35-35 ਹਜ਼ਾਰ ਦਾ ਝੋਨਾ ਹੋ ਰਿਹਾ ਕਿੱਲੇ 'ਚ। ਦੱਸੋ ਕੀ ਕਰੂਗਾ ਕਿਸਾਨ, ਕਿੱਥੇ ਜਾਊਗਾ? ਝਾੜ ਠੀਕ ਨਿਕਲਿਆ? ਝਾੜ ਜੀ ਉਹ ਹੀ ਜੀ, ਮੀਆਂ ਨੇ ਜਿਹੜਾ ਥੋੜ੍ਹਾ ਬਹੁਤਾ ਕੀਤਾ ਆ ਖਰਾਬ ਝੋਨੇ ਨੂੰ ਬਾਰਿਸ਼ਾਂ ਦੇ ਕਾਰਨ। ਝਾੜ ਆ ਰਿਹਾ ਕੋਈ 26-27 ਕੁਇੰਟਲ ਦਾ। ਨਰਮਲ ਸਿੰਘ ਜਲਾਲਪੁਰ ਸੇਰੋਂ ਪਿੰਡ। ਜ਼ਿਲ੍ਹਾ ਕਿਹੜਾ? ਅੰਮ੍ਰਿਤਸਰ। ਕਿੰਨੇ ਨੂੰ ਝੋਨਾ ਤੁਹਾਡਾ ਵਿਕ ਰਿਹਾ? 1500। ਇਹ ਠੀਕ ਭਾਅ ਮਿਲ ਰਿਹਾ? ਨਹੀਂ, ਭਾਅ ਬਹੁਤ ਘੱਟ ਮਿਲ ਰਿਹਾ। ਕੀ ਮੰਗ ਕਰਦੇ ਸਰਕਾਰ ਤੋਂ? ਸਰਕਾਰ ਤੋਂ ਮੰਗ ਕਰਦੇ ਹਾਂ, ਸਰਕਾਰੀ ਖਰੀਦ ਆਉਣੀ ਚਾਹੀਦੀ ਆ, ਸਰਕਾਰੀ ਸਾਡਾ ਝੋਨਾ ਪੈਣਾ ਚਾਹੀਦਾ। ਅੰਮ੍ਰਿਤਸਰ ਵੀ ਵਿਕਦਾ ਵਾ, ਪਰ ਉੱਥੇ ਵੀ ਡਾਊਨ ਆ, ਉੱਥੇ ਵੀ 1400-1500 ਰੁਪਏ, 1400-1300 ਰੁਪਏ ਵਿਕਣ ਦੇ। ਠੀਕ ਨਿਕਲ ਰਿਹਾ ਹਰਕਾ। ਕਮੇਟੀ ਕਪੂਰਥਲਾ ਦੀ ਆ, ਟੋਟਲ 11 ਮੰਡੀਆਂ, ਉਹਦੇ ਵਿੱਚ ਪੀਣ ਵਾਲੇ ਪਾਣੀ, ਛਾਂ ਦੇ, ਸਫਾਈ ਦੇ ਸਾਰੇ ਪ੍ਰਬੰਧ ਕਰ ਲਏ ਗਏ ਆ। 1 ਤਰੀਕ ਨੂੰ ਸਰਕਾਰੀ ਖਰੀਦ ਹੋਣ ਦੀ ਸੰਭਾਵਨਾ। ਅਤੇ ਨਹੀਂ, ਟੀਚਾ ਨਹੀਂ ਇਹਦਾ, ਐਕਚੁਅਲੀ ਹੁੰਦਾ ਪਿਛਲੇ ਸਾਲ 25 ਲੱਖ ਕੁਇੰਟਲ ਆਈ ਸੀ, 24,98,000 ਰੁਪਏ ਸਮਥਿੰਗ, ਅਤੇ ਐਤਕੀ ਵੀ 25 ਲੱਖ ਕੁਇੰਟਲ ਦੇ ਕਰੀਬ ਆਉਣ ਦੀ ਸੰਭਾਵਨਾ ਹੈ। ਅਤੇ ਬਾਕੀ ਤਾਂ ਬਿਜਾਈ 'ਤੇ ਹੀ ਆ, ਇਹ ਤਾਂ ਬਾਅਦ 'ਚ ਹੀ ਪਤਾ ਲੱਗੇਗਾ ਕਿ ਕਿਹੜੀ ਏਜੰਸੀਆਂ ਖਰੀਦ ਕਰਨ। ਇੱਥੇ ਸਾਰੀਆਂ ਹੀ ਗੌਰਮੈਂਟ ਦੀਆਂ ਏਜੰਸੀਆਂ, ਮਾਰਕਫੈਡ, ਪਨਸਪ, ਵੇਅਰ ਹਾਊਸ। 16% ਕਹਿ ਰਹੇ ਆ ਕਿ ਨਵੀਂ ਹੋਵੇ। ਅਸੀਂ ਤਾਂ ਕਿਸਾਨਾਂ ਨੂੰ ਇਹ ਕਹਿ ਸਕਦੇ ਹਾਂ ਕਿ ਸੁਕਾ ਕੇ ਹੀ ਲਿਆਓ ਮੰਡੀ ਦੇ ਵਿੱਚ, ਉਹਨਾਂ ਤਾਂ ਉਸੇ ਦਿਨ ਹੀ ਤਲਾਈ ਕਰਕੇ ਅਤੇ ਕਰ ਨੂੰ ਜਾਓ ਆਪਣੇ। ਹਾਂਜੀ ਸਰ, ਮੀਟਿੰਗਾਂ ਹੋ ਰਹੀ ਆ, ਹਰ ਰੋਜ਼ ਹੀ ਲਗਭਗ ਮੀਟਿੰਗ ਹੋ ਜਾਂਦੀ ਹੈ। ਅਤੇ 1 ਤਰੀਕ ਨੂੰ ਸਰਕਾਰੀ ਖਰੀਦ ਸ਼ੁਰੂ ਕਰਵਾ ਦਿੱਤੀ ਜਾਊਗੀ। ਕਿਸਾਨਾਂ ਨੂੰ ਕੀ ਕਹਿਣਾ ਚਾਹੀਦਾ? ਕਿਸਾਨਾਂ ਨੂੰ ਤਾਂ ਮੇਨ ਇਹ ਹੀ ਹੈ ਕਿ ਉਹ ਆਪਣੀ ਫਸਲ ਸੁਕਾ ਕੇ ਲਿਆਉਣ। ਗਿੱਲੀ ਫਸਲ ਕਰਕੇ ਮੰਡੀਆਂ ਦੇ ਵਿੱਚ ਥੋੜ੍ਹਾ ਜਿਹਾ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਹੈ। ਅਤੇ ਸਿੱਧੀ ਇਹ ਜ਼ਿਮੀਂਦਾਰਾਂ ਦੇ ਖਾਤੇ ਵਿੱਚ ਜਾਊਗੀ। ਗੌਰਮੈਂਟ ਵੱਲੋਂ 72 ਘੰਟੇ ਦੇ ਵਿੱਚ ਪੇਮੈਂਟ ਕਰਨੀ ਹੈ, ਔਰ ਸਿੱਧੀ ਜ਼ਿਮੀਂਦਾਰਾਂ ਦੇ ਖਾਤੇ ਦੇ ਵਿੱਚ ਪੇਮੈਂਟ ਜਾਏਗੀ। ਸਾਰੇ ਕਿਸਾਨਾਂ ਦੀ ਸਹੂਲਤ ਲਈ ਬਿਜਲੀ, ਛਾਂ, ਪਾਣੀ ਆਦਿ ਦੇ ਸਾਰੇ ਪ੍ਰਬੰਧ ਕਰ ਲਏ ਗਏ, ਮੁਕੰਮਲ ਪ੍ਰਬੰਧ ਹੋ ਗਏ ਆ। ਅਤੇ 1 ਤਰੀਕ ਤੋਂ ਸਰਕਾਰੀ ਖਰੀਦ ਜਿਹੜੀ ਸਟਾਰਟ ਹੋ ਜਾਏਗੀ। ਸੁਰੱਖਿਆ ਨੂੰ ਪ੍ਰਸ਼ਾਸਨ ਇਸ ਵਕਤ ਜਿਹੜਾ ਕਰਦਾ, ਹਰ ਵਾਰੀ ਕਰਦਾ, ਜਿਹੜੇ ਪੁਲਿਸ ਫੋਰਸ ਵਗੈਰਾ ਲਗਾ ਦਿੰਦੇ ਆ ਵਿੱਚ, ਅਜੇ ਤੱਕ ਤਾਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਦਿਸਦਾ ਜੀ। ਠੀਕ ਹੀ ਰਹੇਗਾ। 1960 ਰੁਪਈਏ ਸਰਕਾਰੀ ਰੇਟ ਹੋਊਗਾ ਗ੍ਰੇਡ 1 ਦਾ। ਅਤੇ ਸਰਕਾਰੀ ਏਜੰਸੀਆਂ ਪਨਗ੍ਰੇਨ, ਪਨਸਪ, ਮਾਰਕਫੈਡ, ਪੰਜਾਬ ਵੇਅਰ ਹਾਊਸ।
किसान बस अपना झोना सुखा के लिया काली ना कर अपना पूरा रेट लैन सरकार का जो बनता मिलेगा उन्होंने साफ।